सिद्धू मूसेवाले दे दो दोस्त जो इस टाइम हॉस्पिटल विच दाखल ने उन्हां विचों ही एक ने उस टाइम दी पूरी कहानी दसी है। सिद्धू मूसेवाले दे दोस्त ने दसिया कि किवें सिद्धू ने हमलावरां तों बचण लई पहलां गड्डी नूं बैक करन दी भी कोशिश कीती सी ते इस दे नाल दो फायर भी कीते सी ते दो फायर करन तों बाद फिर सिद्धू मूसेवाले ने गड्डी नूं बैक करन दी कोशिश कीती ते इस तों बाद अपने दोस्त नूं कहा कि हुण इक पासा कर लैने आ। एना ही नहीं सिद्धू दे दोस्त ने यह भी दसिया कि जदों पहला राउंड फायर होया ਤਾਂ ਸਿੱਧੂ ਦੇ ਗੋਲੀਆਂ ਲੱਗੀਆਂ ਤਾਂ ਉਸ ਤੋਂ ਬਾਅਦ ਮੈਂ ਸਿੱਧੂ ਨੂੰ ਹਿਲਾ ਕੇ ਦੇਖਿਆ ਤੇ ਨਾਲ ਹੀ ਪੁੱਛਿਆ ਕਿ ਸਿੱਧੂ ਵੀਰ ਤੂੰ ਠੀਕ ਆ ਤੇ ਹਾਲੇ ਇਹਨਾਂ ਕਿਹਾ ਹੀ ਸੀ ਕਿ ਅਪਰਾਧੀਆਂ ਦੇ ਵੱਲੋਂ ਇੱਕ ਰੌਂਦ ਫੇਰ ਫਾਇਰ ਕਰਨਾ ਸ਼ੁਰੂ ਕਰਤਾ ਤੇ ਖਬਰਾਂ ਦੇ ਅਨੁਸਾਰ ਪਤਾ ਲੱਗਿਆ ਸੀ ਕਿ ਸਿੱਧੂ ਮੂਸੇਵਾਲੇ ਦੇ 8 ਗੋਲੀਆਂ ਲੱਗੀਆਂ ਸੀ ਤੇ ਜਿਨ੍ਹਾਂ ਚੋਂ 7 ਗੋਲੀਆਂ ਸਿੱਧੂ ਦੇ ਸਰੀਰ ਚੋਂ ਆਰ ਪਾਰ ਹੋ ਗਈਆਂ ਸੀ ਤੇ 1 ਗੋਲੀ ਉਹਨਾਂ ਦੇ ਮੱਥੇ ਦੇ ਲਾਗੇ ਲੱਗੀ ਸੀ ਜਿਹਨੂੰ ਪੋਸਟਮਾਰਟਮ ਦੇ ਦੌਰਾਨ ਬਾਹਰ ਵੀ ਕੱਢਿਆ ਗਿਆ। ਹਾਂਜੀ ਦੋਸਤੋ, ਸਿੱਧੂ ਮੂਸੇਵਾਲੇ ਦੇ ਦੋਸਤ ਨੇ ਖੁਲਾਸਾ ਕੀਤਾ ਕਿ ਮੌਤ ਸਾਹਮਣੇ ਵੇਖ ਕੇ ਮੂਸੇਵਾਲਾ ਸ਼ੇਰ ਡਰਿਆ ਨਹੀਂ, ਬਲਕਿ ਪਹਿਲਾਂ ਤਾਂ ਜੀਪ ਬੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਦੇ ਨਾਲ ਨਾਲ ਫਾਇਰ ਵੀ ਕੱਢੇ, ਪਰ ਅਪਰਾਧੀਆਂ ਦੀ ਸੰਖਿਆ ਜ਼ਿਆਦਾ ਸੀ ਤੇ ਉਹਨਾਂ ਕੋਲ ਮਾਡਰਨ ਹਥਿਆਰ ਸੀ।